ਡੀਡੀ ਪੰਜਾਬੀ ਦੇ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ ਤੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਰੀਮਾ ਖਬਰਾਂ ਜੋ ਸੀ ਪੜਦੇ ਦੇਖਦੇ ਸੁਣਦੇ ਆ ਇਹਨਾਂ ਦੇ ਪਿੱਛੇ ਬਹੁਤ ਸਾਰੀਆਂ ਸੱਚਾਈਆਂ ਬਹੁਤ ਸਾਰੇ ਤੱਥ ਲੁਕੇ ਹੁੰਦੇ ਨੇ ਇਹ ਨਾ ਹੀ ਤੱਥਾਂ ਨੂੰ ਜਾਗਰੂਕ ਕਰਦੇ ਨੇ ਸਾਡੇ ਪੱਤਰਕਾਰੀ ਦੇ ਖੇਤਰ ਦੇ ਨਾਲ ਜੁੜੇ ਹੋਏ ਮਾਹਰ ਮਹਿਮਾਨ ਤੇ ਅੱਜ ਸਾਡੇ ਸਟੂਡੀਓ 'ਚ ਜਿਹੜੇ ਮਾਹਰ ਮਹਿਮਾਨ ਮੌਜੂਦ ਨੇ ਉਹਨੇ ਸੀਨੀਅਰ ਪੱਤਰਕਾਰ ਵਰਿੰਦਰ ਸ਼ਰਮਾ ਜੀ ਆਓ ਕਰਦੇ ਹਾਂ ਉਹਨਾਂ ਦਾ ਸਵਾਗਤ ਵਰਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਮਸਕਾਰ ਜੀ ਸਭ ਤੋਂ ਪਹਿਲਾਂ ਸਾਡੇ ਸਾਰੇ ਦਰਸ਼ਕਾਂ ਨੂੰ ਅੱਜ ਬੁੱਧ ਪੂਰਨੀ ਮਾਦੀ ਲੱਖ ਲੱਖ ਵਧਾਈ ਹੋਵੇ ਸੋ ਇਸ ਸੁਭਿਸ਼ੇਸ਼ ਮੌਕੇ ਤੇ ਕੀ ਕਹਿਣਾ ਚਾਹੋਗੇ ਸਾਡੀ ਦਰਸ਼ਕਾਂ ਨੂੰ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਅੱਜ ਭਗਵਾਨ ਬੁੱਧ ਦਾ ਜਨਮ ਦਿਨ ਹੈ ਜਿਨ੍ਹਾਂ ਨੂੰ ਭਗਵਾਨ ਵਿਸ਼ਨੂੰ ਦਾ ਨੌਵਾਂ અવਤਾਰ ਮੰਨਿਆ ਜਾਂਦਾ ਹੈ ਔਰ ਜਿਨ੍ਹਾਂ ਨੇ ਇੱਕ ਰਾਜਾ ਦੇ ਘਰ ਜਨਮ ਲੈ ਕੇ ਫਕੀਰੀ ਲਈ ਔਰ ਫਕੀਰੀ ਤੋਂ ਬਾਅਦ ਜਦ ਉਹਨਾਂ ਨੇ ਆਰਾਧਨਾ ਕਰਕੇ ਤਪੱਸਿਆ ਕਰਕੇ ਜਦੋਂ ਉਹਨਾਂ ਨੇ ਫਿਰ ਇੱਕ ਨਵਾਂ ਧਰਮ ਬੁੱਧ ਧਰਮ ਜਿਨੇ ਅਹਿੰਸਾ ਦਾ ਸੰਦੇਸ਼ ਦਿੱਤਾ ਔਰ ਪ੍ਰੇਮ ਦਾ ਸੰਦੇਸ਼ ਦਿੱਤਾ ਉਹਦੀ ਸਥਾਪਨਾ ਕੀਤੀ ਔਰ ਅੱਜ ਪੂਰੀ ਦੁਨੀਆ ਜਿਹੜੀ ਹੈ ਉਹ ਭਗਵਾਨ ਬੁੱਧ ਨੂੰ ਮੰਨ ਰਹੀ ਹੈ ਔਰ ਭਗਵਾਨ ਬੁੱਧ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਅਹਿੰਸਾ ਖਾਸ ਤੌਰ ਤੇ ਅਹਿੰਸਾ ਪਰਮਧਰਮਾ ਉਹਤੇ ਸਾਨੂੰ ਚੱਲਣਾ ਚਾਹੀਦਾ ਹੈ ਇਹੀ ਅੱਜ ਦਾ ਦਿਨ ਖਾਸ ਸੰਦੇਸ਼ ਲੈ ਕੇ ਆਇਆ ਹੈ ਜੀ ਬਿਲਕੁਲ ਰੁਕ ਕਰ ਲੈਣੀ ਅੱਜ ਦੀ ਪਹਿਲੀ ਖਬਰ ਵੱਲ। ਵਿਰਿੰਦਰ ਸ਼ਰਮਾ ਜੀ ਪਹਿਲੀ ਖਬਰ ਹੈ Facebook Twitter ਨੂੰ ਲੈ ਕੇ ਕੱਲ ਤੋਂ ਹੀ ਲੋਕਾਂ ਨੇ ਇਸ ਬਾਰੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਨਵੇਂ ਨਿਯਮ ਆ ਚੁੱਕੇ ਨੇ ਔਰ ਨਵੇਂ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ Facebook Twitter ਨੂੰ ਸ਼ਟਡਾਊਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਵੇਂ ਦੇਖਦੇ ਹੋ ਇਸ ਖਬਰ ਨੂੰ? ਜੀ ਮਾ ਜੀ ਗੱਲ ਹੈ ਜਿਹੜਾ ਸਾਡਾ ਸੰਵਿਧਾਨ ਹੈ ਨਾ ਇਹ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ ਕਿ ਹਰ ਵਿਅਕਤੀ ਨੂੰ ਬੋਲਣ ਦੀ ਆਜ਼ਾਦੀ ਹੈਗੀ। ਜੀ ਪਰ ਆਜ਼ਾਦੀ ਦਾ ਮਤਲਬ ਜੇ ਉਹਦਾ ਕੋਈ ਮਿਸਯੂਜ਼ ਕਰੇ ਤੇ ਉਹ ਦੇਸ਼ ਲਈ ਸਮਾਜ ਲਈ ਦੁਨੀਆ ਲਈ ਘਾਤਕ ਹੋ ਸਕਦਾ ਹੈ ਨੁਕਸਾਨਦੇ ਹੋ ਸਕਦਾ ਹੈ ਜੇ ਸਾਨੂੰ ਬੋਲਣ ਦੀ ਆਜ਼ਾਦੀ ਹੈ ਤੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕੁਝ ਵੀ ਬੋਲ ਸਕਦੇ ਹਾਂ ਜੋ ਵੀ ਬੋਲਣਾ ਹੈ ਉਹਨੂੰ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਹੀ ਬੋਲਣ ਦੀ ਆਜ਼ਾਦੀ ਹੈਗੀ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਜਿਦੀ ਮਰਜ਼ੀ ਮਿੱਟੀ ਪੁੱਟ ਕੇ ਰੱਖ ਦਈਏ ਜਿਦੀ ਮਰਜ਼ੀ ਇੱਜ਼ਤ ਉਛਾਲ ਕੇ ਰੱਖ ਦਈਏ ਔਰ ਖਾਸ ਤੌਰ ਤੇ ਜਦੋਂ ਸੈਂਸਿਟਿਵ ਸਮਾਂ ਚੱਲ ਰਿਹਾ ਹੋਵੇ कोरोना ਵਰਗਾ ਕਾਲ ਚੱਲ ਰਿਹਾ ਹੋਵੇ ਉਦੋਂ ਅਸੀਂ ਇਹ ਕਰੀਏ ਕਿ ਫਲਾਣੀ ਸਰਕਾਰ ਐ ਜੋ ਮਾੜਾ ਕਰਦੀ ਪਈ ਹੈ ਜਾਂ ਫਲਾਣੀ ਆਪੋਜੀਸ਼ਨ ਇਦਾਂ ਮਾੜਾ ਕਰਦੀ ਪਈ ਹੈ ਔਰ ਟਵਿੱਟਰ ਹੋਵੇ ਫੇਸਬੁੱਕ ਹੋਵੇ ਜਾਂ ਕੋਈ ਵੀ ਸੋਸ਼ਲ ਮੀਡੀਆ ਹੋਵੇ ਉਹ ਜੇ ਪਾਰਟੀ ਬਣ ਕੇ ਕਦੇ ਵੀ ਕੋਈ ਕੰਮ ਕਰੇਗਾ ਦੇ ਉਹਦੇ ਵਾਸਤੇ ਸਰਕਾਰ ਨੂੰ ਰੋਕ ਲਾਣੀ ਪਏਗੀ ਸਰਕਾਰ ਨੇ ਇਸੇ ਕਰਕੇ ਰੋਕ ਲਈਏ ਈਟ ਟਵਿੱਟਰ ਤੇ ਫੇਸਬੁੱਕ ਇਹ ਤਾਂ ਚਲੋ ਵੱਡੇ ادارے ਨੇ ਰੀਮਾ ਜੀ ਐਸ ਵੇਲੇ ਜੇ ਤੁਸੀਂ ਹਿੰਦੁਸਤਾਨ ਦੇ ਵਿੱਚ ਦੇਖੋ ਛੋਟੇ ਛੋਟੇ ਲੋਕਾਂ ਨੇ ਆਪਣੇ ਚੈਨਲ ਬਣਾ ਲਏ ਨੇ ਲੈ ਕੇ ਕੈਮਰਾ ਤੁਰ ਪੈਂਦੇ ਨੇ ਲੋਕਾਂ ਨੂੰ ਬਲੈਕਮੇਲ ਕਰਦੇ ਨੇ ਔਰ ਐਸੀਆਂ ਐਸੀਆਂ ਖਬਰਾਂ ਪਾ ਦਿੰਦੇ ਨੇ ਜਿਹਦੇ ਨਾਲ ਕਿ ਜੇ ਬਾਅਦ ਚ ਝੂਠੀਆਂ ਸਾਬਤ ਹੋ ਜਾਣ ਤੁਸੀਂ ਉਹਨਾਂ ਤੇ ਕਾਰਵਾਈ ਕੋਈ ਨਹੀਂ ਕਰ ਸਕਦੇ ਸੋ ਇਹ ਜਿਹੜੇ ਕਾਨੂੰਨ ਸਰਕਾਰ ਨੇ ਬਣਾਏ ਨੇ ਟਵਿੱਟਰ ਹੋਵੇ ਫੇਸਬੁੱਕ ਹੋਵੇ ਜਾਂ ਕੋਈ ਵੀ ਸੋਸ਼ਲ ਮੀਡੀਆ ਹੋਵੇ ਉਹਨਾਂ ਨੂੰ ਮੰਨਣੇ ਪੈਣਗੇ ਔਰ ਉਹਨੂੰ ਕੋਈ ਇਹ ਕਵੇ ਕਿ ਇਹ ਤਾਂ ਜੀ ਐਮਰਜੈਂਸੀ ਲੱਗ ਗਈ ਇਹ ਤਾਂ ਬੋਲਣ ਦੀ ਆਜ਼ਾਦੀ ਤੇ ਤੁਸੀਂ ਰੋਕ ਲਾ ਰਹੇ ਹੋ ਇਹ ਨਹੀਂ ਹੈਗਾ ਆਜ਼ਾਦੀ ਦਾ ਮਤਲਬ ਇਹ ਹੈਗਾ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਬੋਲੋਗੇ ਉਹਦੀ ਆਜ਼ਾਦੀ ਹੈ ਤੁਸੀਂ ਗਲਤ ਕੰਮ ਕਰੋਗੇ ਤੇ ਗਲਤ ਹੋ ਜਾਏਗਾ ਔਰ ਜੇ ਹੁਣ ਵੀ ਇਹ ਨਹੀਂ ਬਾਝ ਜਾਣਗੇ ਤੇ ਜੇ ਸ਼ਟਡਾਊਨ ਹੁੰਦਾ ਹੈ ਤੇ ਜੇ ਸਰਕਾਰ ਇਹਨਾਂ ਤੇ ਪਾਬੰਦੀ ਲਾਉਂਦੀ ਹੈ ਤੇ ਇਹਦੇ ਲਈ ਸਰਕਾਰ ਨਹੀਂ ਜ਼ਿੰਮੇਵਾਰ ਹੋਏਗੀ ਬਲਕਿ ਇਹ ਜ਼ਿੰਮੇਦਾਰ ਹੋਣਗੇ ਔਰ ਨਾਲ ਹੀ ਨਾਲ ਬਾਕੀ ਸਾਰੇ ਜਿਹੜਾ ਮੀਡੀਆ ਸੋਸ਼ਲ ਮੀਡੀਆ ਉਹਨੂੰ ਵੀ ਇਸ ਗੱਲ ਦਾ ਸੰਦੇਸ਼ ਜਾਏਗਾ ਕਿ ਤੁਸੀਂ ਕਮ ਸੇ ਕਮ ਇਹ ਦੇਖੋ ਬਹੁਤ ਸਾਰੇ ਵਿਦੇਸ਼ੀ ਅ ਅਜਿਹੇ ਦੇਸ਼ ਨੇ ਜਿੱਤੇ ਜਿਹੜੀ ਖਬਰ ਨਾਲ ਆਮ ਲੋਕਾਂ ਚ ਡਰ ਫੈਲ ਸਕਦਾ ਹੋਵੇ ਖੌਫ ਫੈਲ ਸਕਦਾ ਹੋਵੇ ਉਹਨਾਂ ਅਫਵਾਹਾਂ ਉਸ ਖਬਰ ਨੂੰ ਨਹੀਂ ਦਿਖਾਇਆ ਜਾਂਦਾ ਪੋਜੀਟਿਵ ਖਬਰ ਦਿਖਾਈ ਜਾਂਦੀ ਹੈ ਸੋ ਇਸ ਗੱਲ ਨੂੰ ਜ਼ਿੰਮੇਵਾਰੀ ਨੂੰ ਹਰ ਵਿਅਕਤੀ ਨੂੰ ਹਰ ਸੰਸਥਾ ਨੂੰ ਸਮਝ ਕੇ ਚੱਲਣਾ ਚਾਹੀਦਾ ਬਿਲਕੁਲ ਜੀ ਰੋਕ ਕਰ ਲੈਨੇ ਅਗਲੀ ਖਬਰ ਦੀਵਾਲ ਕਰੋਨਾ ਦੇ ਨਾਲ ਨਾਲ ਇੱਕ ਹੋਰ ਬਿਮਾਰੀ ਘਾਤਕ ਬਿਮਾਰੀ ਬਲੈਕ ਫੰਗਸ ਨੇ ਜਿੱਥੇ ਆਪਣੀਆਂ ਜਣਾ ਫਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਮਰੀਜ਼ਾਂ ਦੀ ਗਿਣਤੀ ਵਧ ਗਈ ਹੈ ਉੱਥੇ ਹੀ ਬਲੈਕ ਫੰਗਸ ਦੇ ਟੀਕਿਆਂ ਦੀ ਕਾਲਾ ਬਾਜ਼ਾਰੀ ਵੀ ਸ਼ੁਰੂ ਹੋ ਗਈ ਹੈ ਇਦੀ ਰੋਕਥਾਮ ਦੇ ਲਈ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਇਸ ਬਾਰੇ ਰੀਮਾ ਜੀ ਗੱਲ ਇਹ ਹੈ ਕਿ ਇਹ ਜਿਹੜੀ ਬੜੀ ਖਤਰਨਾਕ ਇੱਕ ਚੀਜ਼ ਸਾਹਮਣੇ ਆ ਰਹੀ ਹੈ ਜੀ ਔਰ ਇਹ ਜਿਹੜੀ ਫੰਗਸ ਹੈ ਇਹ ਜਦੋਂ ਤੱਕ ਜਿੱਥੋਂ ਤੱਕ ਕਰੋਨਾ ਦਾ ਸਵਾਲ ਹੈ ਨਾ कोरोना बारे ਅਸੀਂ ਹੁਣ ਡੇਢ ਸਾਲ ਦੇ ਵਿੱਚ ਸਮਝ ਚੁੱਕੇ ਹਾਂ ਕਿ ਲੈਵਲ 1 ਕੀ ਹੈ ਲੈਵਲ 2 ਤੇ ਲੈਵਲ 3 ਕੀ ਹੈ ਇਹਦਾ ਕਿਦਾਂ ਇਲਾਜ ਕਰਨਾ ਹੈ ਇਹਦਾ ਕਿਦਾਂ ਇਲਾਜ ਕਰਨਾ ਹੈ ਔਰ ਬਹੁਤ ਸਾਰੀਆਂ ਦਵਾਈਆਂ ਵੀ ਜਿਹੜੀਆਂ ਇਹ ਸਪੋਰਟਿੰਗ ਮੈਡੀਸਨ ਨੇ ਉਹ ਅਸੀਂ ਹੁਣ ਇਜਾਦ ਕਰ ਰਹੀਆਂ ਨੇ ਪਰ ਇਹ ਜਿਹੜੀ ਬਲੈਕ ਫੰਗਸ ਜਾਂ ਵਾਈਟ ਫੰਗਸ ਜਾਂ ਹੁਣ yellow ਫੰਗਸ ਵੀ ਆਈ ਹੈ ਇਹ ਬਿਲਕੁਲ ਐਸੀ ਨਵੀਂ ਜਿਹੀ ਬਿਮਾਰੀ ਹੈ ਜਿਹਦੇ ਤੇ ਬਹੁਤ ਕੰਮ ਕਰਨ ਦੀ ਲੋੜ ਹੈ ਔਰ ਕੋਰੋਨਾ ਦਾ ਡੈਥ ਰੇਟ ਘਟ ਹੈ ਜੀ ਇਹਦਾ ਡੈਥ ਰੇਟ ਬਹੁਤ ਹੈ 25 ਤੋਂ 30% ਲੋਕ ਜਿਨ੍ਹਾਂ ਨੂੰ ਇਹ ਬਿਮਾਰੀ ਹੋ ਜਾਂਦੀ ਹੈ ਜਾਂ ਉਹ ਮਰ ਰਹੇ ਨੇ ਜਾਂ ਉਹਨਾਂ ਦਾ ਅੱਖ ਕੰਨ ਜਾਂ ਕੋਈ ਜਿੱਥੇ ਹੁੰਦੀ ਹੈ ਉਹ ਉਹਨਾਂ ਦਾ ਹਿੱਸਾ ਜਿਹੜਾ ਹੈਗਾ ਉਹ ਕੱਟਣਾ ਪੈਂਦਾ ਬਰਬਾਦ ਹੁੰਦਾ ਡੈメージ ਹੋ ਜਾਂਦਾ ਹੈ ਇਹਦੇ ਵਾਸਤੇ ਖਾਸ ਤੌਰ ਤੇ ਸਰਕਾਰ ਨੂੰ ਉਪਰਾਲੇ ਕਰਨੇ ਪੈਣਗੇ ਔਰ ਵੱਡੀ ਗੱਲ ਇਹ ਦੇਖੋ ਤੁਸੀਂ ਇਹਦਾ ਜਿਹੜਾ ਟੀਕਾ ਇਹਦਾ ਵੀ ਹੈਗਾ ਪਰ ਉਹਦੀ ਅਵੇਲੇਬਿਲਟੀ ਹੈ ਨਹੀਂ ਮਿਲਦਾ ਨਹੀਂ ਪਿਆ ਡੀਸੀ ਸਹਿਬਾਨ ਜਿਹੜੇ ਨੇ ਉਹਨਾਂ ਕੋ 25 ਟੀਕੇ ਆਂਦੇ ਨੇ ਉਹ ਫਿਰ ਕਹਿੰਦੇ ਨੇ ਦੋ ਐਸ ਹਸਪਤਾਲ ਨੂੰ ਦੇ ਦਈਏ ਦੋ ਐਸ ਹਸਪਤਾਲ ਨੂੰ ਦੇ ਦਈਏ ਜਿਹੜਾ ਕਿ ਠੀਕ ਨਹੀਂ ਹੈਗਾ ਇਸ ਵੇਲੇ ਭਾਵੇਂ ਇਹ ਟੀਕੇ ਇੰਪੋਰਟ ਕਰਨੇ ਪੈਣ ਭਾਵੇਂ ਇਹ ਟੀਕੇ ਆਪਣੀਆਂ ਦੇਸੀ ਕੰਪਨੀਆਂ ਕੋਲੋਂ ਜ਼ਿਆਦਾ ਤਦਾਦ ਦੇ ਵਿੱਚ ਬਣਵਾਣੇ ਪੈਣ ਇਸ ਪਾਚੇ ਸਰਕਾਰ ਨੂੰ ਜਾਣਾ ਪਏਗਾ ਬੜੀ ਅਜੀਬ ਗੱਲ ਹੈ ਹੁੰਦਾ ਕਿ ਇਹ ਬੰਦਾ ਇੱਕ ਹਸਪਤਾਲ ਚ ਦਾਖਲ ਹੈ 10000 15000 20000 ਰੁਪਿਆ ਰੋਜ਼ ਉਹ ਬੈੱਡ ਦਾ ਖਰਚਦਾ ਪਿਆ ਉਹ ਤੋਂ ਇਲਾਵਾ ਹੋਰ ਦਵਾਈਆਂ ਲਗਦੀਆਂ ਟੈਸਟ ਹੁੰਦੇ ਨੇ ਇੱਕ ਇੱਕ ਮਰੀਜ਼ 20 20000 ਰੁਪਿਆ ਰੋਜ਼ ਖਰਚ ਕਰਦਾ ਪਰ ਇੱਕ 700 ਰੁਪਏ ਦਾ ਟੀਕਾ ਨਾ ਮਿਲਣ ਕਰਕੇ ਉਹਦੀ ਮੌਤ ਹੋ ਜਾਂਦੀ ਹੈ ਇਹ ਜਿਹੜੀ ਚੀਜ਼ ਹੈ ਸਭ ਤੋਂ ਪਹਿਲੇ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਪਏਗਾ ਔਰ ਇਹਦੇ ਤੇ ਰਿਸਰਚ ਸਰਕਾਰ ਜ਼ਰੂਰ ਕਰ ਰਹੀ ਹੋਏਗੀ ਮੈਂ ਕਹਿੰਦਾ ਹਿੰਦੁਸਤਾਨ ਦੀ ਸਰਕਾਰ ਨਹੀਂ ਬਾਕੀ ਦੀਆਂ ਸਰਕਾਰਾਂ ਵੀ ਕਰ ਰਹੀਆਂ ਹੋਣਗੀਆਂ ਪਰ ਰਿਸਰਚ ਦੇ ਨਾਲ ਇਮੀਡੀਏਟਲੀ ਚਾਹੇ ਕਿੰਨੇ ਮਹਿੰਗੇ ਟੀਕੇ ਇمپોર્ટ ਕਿਉਂ ਨਾ ਕਰਨੇ ਪੈਣ ਅਸੀਂ ਜਿਸ ਤਰ੍ਹਾਂ ਨਾਲ ਸਾਡੀ ਸਰਕਾਰ ਨੇ ਆਕਸੀਜਨ ਬਾਹਰੋਂ ਮੰਗਵਾਈ ਹੈ ਜਿਸ ਤਰ੍ਹਾਂ ਨਾਲ ਸਰਕਾਰ ਨੇ ਕੰਟੇਨਰ ਬਾਹਰੋਂ ਮੰਗਵਾਏ ਨੇ ਇਮੀਡੀਏਟਲੀ ਸਰਕਾਰ ਨੇ ਬੜਾ ਖਰਚ ਕੀਤਾ ਹੈ ਹਵਾਈ ਜਹਾਜ਼ਾਂ ਤੇ ਸਰਕਾਰ ਨੇ ਆਕਸੀਜਨ ਦੇ ਜਿਹੜੇ ਸਿਲੰਡਰ ਵੀ ਮੰਗਾਏ ਕੰਟੇਨਰ ਵੀ ਮੰਗਾਏ ਇਸੇ ਤਰ੍ਹਾਂ ਨਾਲ ਇਹ ਬਲੈਕ ਫੰਗਸ ਹੈ ਜਾਂ ਵਾਈਟ ਹੋਵੇ येलोਵੇ ਇਹਦੀ ਜਿਹੜੀ ਦਵਾਈ ਹੈ ਉਹਨੂੰ ਮੰਗਵਾਉਣਾ ਚਾਹੀਦਾ ਔਰ ਜਿੰਨਾ ਸਰਕਾਰ ਇਹਨੂੰ ਕੰਟਰੋਲ ਕਰਦੀ ਹੈ ਨਾ ਆਪਣੇ ਕੋਲ ਰੱਖਦੀ ਹੈ ਉਹਦੇ ਨਾਲ ਸਰਕਾਰ ਦੇ ਜਿਹੜੇ ਇਨਸਪੈਕਟਰ ਨੇ ਉਹਦੀ ਕਾਲਾ ਬਜਾਰੀ ਕਰਾਉਂਦੇ ਨੇ ਮਾਰਕੀਟ ਚ ਬਹੁਤਾ ਨਹੀਂ ਹੈਗਾ ਸਰਕਾਰ ਦੇ ਆਪਣੇ ਇਨਸਪੈਕਟਰ ਜਿਹੜੇ ਨੇ ਕਿਉਂਕਿ ਹਿੰਦੁਸਤਾਨ ਦੇ ਅੰਦਰ ਕ腐ਪਸ਼ਨ ਜਿਹੜੀ ਹੈ ਇਤੇ ਨੱਥ ਪਾਣ ਦੀ ਲੋੜ ਹੈ ਔਰ ਐਸ ਵੇਲੇ ਚਾਹੀਦਾ ਹੈ ਕਿ ਇਹਨਾਂ ਨੂੰ ਇੰਪੋਰਟ ਕਰੋ ਮਾਰਕੀਟ ਦੇ ਵਿੱਚ ਅਵੇਲੇਬਲ ਕਰਾਓ ਕਮ ਸੇ ਕਮ ਔਰ ਜਿਹੜਾ ਅਮੀਰ ਆਦਮੀਆਂ ਭਾਵੇਂ ਮਹਿੰਗਾ ਲੈ ਕੇ ਵਰਤ ਲਵੇ ਗਰੀਬ ਆਦਮੀ ਨੂੰ ਸਰਕਾਰ ਜਿਹੜਾ ਹੈਗਾ ਉਹ ਉਪਲਬਧ ਕਰਾਵੇ ਤਾਂ ਕਿ ਇਸ ਬਿਮਾਰੀ ਵੱਲ ਜ਼ਿਆਦਾ ਧਿਆਨ ਦੀ ਦੇਣ ਦੀ ਲੋੜ ਹੈ ਬਿਲਕੁਲ ਜੀ ਰੋਕ ਕਰ ਲੈਣੀ ਅਗਲੀ ਖਬਰ ਦਿਵਾਲ ਕਰੋਨਾ ਮਹਾਮਾਰੀ ਨੂੰ ਲੈ ਕੇ ਇੱਕ ਰਾਹਤ ਭਰੀ ਖਬਰ ਇਹ ਹੈ ਕਿ ਹੁਣ ਜਿਹੜੀ ਇਨਫੈਕਸ਼ਨ ਦੀ ਦਰ ਹੈ ਉਹ 10% ਤੱਕ ਹੋ ਚੁੱਕੀ ਹੈ ਕੀ ਕਹਿਣਾ ਚਾਹੋਗੇ ਇੱਕ ਬੜੀ ਅੱਛੀ ਗੱਲ ਹੈ ਜੀ ਕਿ ਇਨਫੈਕਸ਼ਨ ਦੀ ਜਿਹੜੀ ਦਰ ਹੈ ਉਹ ਘਟਦੀ ਪਈ ਹੈ ਔਰ ਇਸ ਦੇ ਨਾਲ ਨਾਲ ਹੀ ਮਰੀਜ਼ਾਂ ਦੀ ਗਿਣਤੀ ਵੀ ਘਟਦੀ ਪਈ ਹੈ ਅੱਜ ਤੋਂ 15 ਦਿਨ ਪਹਿਲਾਂ 4 ਲੱਖ ਮਰੀਜ਼ ਰੋਜ਼ ਆਣ ਲੱਗ ਪਏ ਸਨ ਹੁਣ 2 ਲੱਖ ਤੋਂ ਘਟ ਕੇ ਥੱਲੇ ਆ ਗਏ ਨੇ ਪਰ ਇੱਕ ਜਿਹੜੀ ਖਤਰੇ ਵਾਲੀ ਗੱਲ ਇਹ ਹੈ ਕਿ ਮੌਤ ਦੀ ਦਰ ਜਿਹੜੀ ਉਹ ਨਹੀਂ ਘਟਦੀ ਪਈ ਜਦੋਂ 4 ਲੱਖ ਮਰੀਜ਼ ਆ ਰਹੇ ਸਨ ਉਦੋਂ ਵੀ ਮੌਤਾਂ ਰੋਜ਼ 4000 ਹੋ ਰਹੀਆਂ ਸਨ ਅੱਜ ਜੇ 2 ਲੱਖ ਨੇ ਤੇ ਮੌਤਾਂ ਹੁਣ ਵੀ 4000 ਦੇ ਕਰੀਬ ਰੋਜ਼ ਹੁੰਦੀਆਂ ਪਈਆਂ ਨੇ ਇਸ ਵੱਲ ਧਿਆਨ ਦੇਣਾ ਪਏਗਾ ਔਰ ਨਾਲ ਹੀ ਨਾਲ ਇਸ ਗੱਲ ਵੀ ਵੱਲ ਵੀ ਧਿਆਨ ਦੇਣਾ ਪਏਗਾ ਕਿ ਜਿਹੜੇ ਸਰਕਾਰੀ ਹਸਪਤਾਲ ਨੇ ਉਹਨਾਂ ਦੇ ਵਿੱਚ ਜਿਹੜੀਆਂ ਫੈਸਿਲਿਟੀਆਂ ਨੇ ਵਧਾਈਆਂ ਜਾਣ ਕਿਉਂਕਿ ਬਹੁਤ ਸਾਰੇ ਸਰਕਾਰੀ ਹਸਪਤਾਲ ਕੀ ਕਰਦੇ ਨੇ ਜੇ ਮੈਂ ਤੁਹਾਨੂੰ ਜਲੰਧਰ ਦੀ ਗੱਲ ਕਰਾਂ ਇੱਥੇ ਸਿਵਲ ਹਸਪਤਾਲ ਜਿਹੜਾ ਮਰੀਜ਼ ਦਾਖਲ ਹੁੰਦਾ ਉਹ ਥੋੜੀ ਜੀ ਤਬੀਅਤ ਖਰਾਬ ਹੁੰਦੀ ਹੈ ਨੇ ਉਹਨੂੰ ਕਹਿੰਦੇ ਨੇ ਇਹਨੂੰ ਅੰਮ੍ਰਿਤਸਰ ਲੈ ਜਾਓ ਤੁਸੀਂ ਮੈਡੀਕਲ ਕਾਲਜ ਚ ਲੈ ਜਾਓ ਇਹਨੂੰ ਤੁਸੀਂ ਕਿਸੇ ਹੋਰ ਮੈਡੀਕਲ ਕਾਲਜ ਚ ਲੈ ਜਾਓ ਗੱਲ ਇਹ ਜਿਹੜਾ ਗਰੀਬ ਆਦਮੀ ਆਇਆ ਨਾ ਸਿਵਲ ਹਸਪਤਾਲ ਚ ਓਏ ਜਿਹੜੀ ਆਇਆ ਕਿ ਉਹਦੇ ਕੋਲ ਪੈਸੇ ਨਹੀਂ ਸੀਗੇ ਪੈਸੇ ਹੁੰਦੇ ਤੇ ਉਹ ਕਿਸੇ ਪ੍ਰਾਈਵੇਟ ਹਸਪਤਾਲ ਚ ਚਲਾ ਜਾਂਦਾ ਹੁਣ ਤੁਸੀਂ ਉਹਨੂੰ ਕਹਿੰਦੇ ਹੋ ਅੰਮ੍ਰਿਤਸਰ ਲੈ ਕੇ ਚਲਾ ਜਾ ਤੁਸੀਂ ਉਹਨੂੰ ਕਹਿੰਦੇ ਹੋ ਬਠਿੰਡੇ ਲੈ ਕੇ ਚਲਾ ਜਾ ਉਹਦੇ ਨਾਲ ਕੀ ਹੋਏਗਾ ਤੇ ਮਾਮਲਾ ਤਾਂ ਫਿਰ ਆ ਗਿਆ ਪੈਸੇ ਖਰਚਣੇ ਪੈਣਗੇ ਇਹ ਤੋਂ ਦੂਰ ਲਿਜਾਣਾ ਪਵੇਗਾ ਕਿੱਥੇ ਮਰੀਜ਼ ਨੂੰ ਰੱਖਣਗੇ ਕਿੱਥੇ ਮਰੀਜ਼ ਦੇ ਘਰ ਵਾਲੇ ਰਹਿਣਗੇ ਬਹੁਤ ਮਹਿੰਗਾ ਪੈਂਦਾ ਸਰਕਾਰ ਨੂੰ ਇਸ ਵੇਲੇ ਚਾਹੀਦਾ ਹੈਗਾ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਬੈੱਡ ਵਧਾਓ ਸਰਕਾਰੀ ਹਸਪਤਾਲਾਂ ਦੇ ਵਿੱਚ ਵੈਂਟੀਲੇਟਰ ਵਧਾਓ ਸਰਕਾਰੀ ਹਸਪਤਾਲਾਂ ਦੇ ਵਿੱਚ ਲੈਵਲ 3 ਦੀਆਂ ਫੈਸਿਲਿਟੀਆਂ ਜਿਹੜੀਆਂ ਨੇ ਉਹਨਾਂ ਨੂੰ ਵਧਾਓ ਤਾਂ ਕਿ ਗਰੀਬ ਆਦਮੀ ਦੀ ਜਾਨ ਵੀ ਜਿਹੜੀ ਹੈ ਬਚ ਸਕੇ ਬਿਲਕੁਲ ਸਰਕਾਰ ਦੀ ਗੱਲ ਤੁਸੀਂ ਕੀਤੀ ਸਰਕਾਰ ਆਪਣੇ ਵੱਲੋਂ ਕਦਮ ਚੁੱਕ ਰਹੀ ਹੈ ਔਰ ਸਿਹਤ ਮੰਤਰੀ ਪੰਜਾਬ ਦੇ ਬਲਬੀਰ ਸਿੱਧੂ ਹੋਰਾਂ ਨੇ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਜਿਹੜੀ ਆ ਉਹਦੇ ਤਹਿਤ ਕਰੋਨਾ ਦਾ ਇਲਾਜ ਫਰੀ ਹੋਵੇਗਾ ਕੀ ਕਹਿਣਾ ਚਾਹੋਗੇ ਇਸ ਬਾਰੇ ਗੱਲ ਰੀਮਾ ਜੀ ਜਿਹੜਾ ਮੈਂ ਤੁਹਾਨੂੰ ਸਿਵਲ ਹਸਪਤਾਲਾਂ ਚ ਗਰੀਬ ਆਦਮੀ ਦਾ ਇਲਾਜ ਪਹਿਲਾਂ ਵੀ ਫਰੀ ਹੁੰਦਾ ਪਿਆ ਚਾਹੇ ਉਹਦੇ ਕੋਲ ਬੀਮਾ ਯੋਜਨਾ ਹੋਵੇ ਜਾਂ ਨਾ ਹੋਵੇ ਉਹਦੇ ਕੋਲ ਆਯੂਸ਼ਮਾਨ ਕਾਰਡ ਹੋਵੇ ਜਾਂ ਨਾ ਹੋਵੇ ਉਹਦਾ ਇਲਾਜ ਫਰੀ ਹੁੰਦਾ ਪਿਆ ਪਰ ਉੱਥੇ ਫੈਸਿਲਿਟੀ ਹੈ ਨਹੀਂ ਇਹ ਜਿਹੜੇ ਬੀਮਾ ਯੋਜਨਾ ਦੇ ਕਾਰਡ ਨੇ ਜੇ ਇਹ ਪ੍ਰਾਈਵੇਟ ਹਸਪਤਾਲਾਂ ਚ ਇਸਤੇਮਾਲ ਹੋਣ ਚਾਹੇ ਉਹ ਸਰਬਤ ਸੇਦ ਦੀ ਗੱਲ ਹੋਵੇ ਚਾਹੇ ਆਯੂਸ਼ਮਾਨ ਦੀ ਗੱਲ ਹੋਵੇ ਤਾਂ ਇੱਕ ਆਮ ਆਦਮੀ ਨੂੰ ਉਸ ਕਾਰਡ 홀ਡਰ ਨੂੰ ਫਾਇਦਾ ਹੋਏਗਾ ਤੁਸੀਂ ਇਹ ਤਾਂ ਕਹਤਾ ਕਿ ਇਹ ਫਰੀ ਇਲਾਜ ਹੋਏਗਾ ਇਲਾਜ ਕਰੇਗਾ ਕੌਣ ਸਰਕਾਰੀ ਹਸਪਤਾਲਾਂ 'ਚ ਤੁਹਾਡੇ ਕੋਲ ਫੈਸਿਲਿਟੀਆਂ ਨਹੀਂ ਜਗ੍ਹਾ ਹੈ ਨਹੀਂ ਪ੍ਰਾਈਵੇਟ ਹਸਪਤਾਲ ਵਾਲੇ ਧੱਕੇ ਮਾਰਦੇ ਨੇ ਜਦੋਂ ਮਰੀਜ਼ ਜਾਂਦਾ ਹੈ ਜਦੋਂ ਜਾ ਕੇ ਉਹਨੂੰ ਪਹਿਲਾਂ ਪੁੱਛਦੇ ਨੇ ਤੇਰੇ ਕੋਲ ਕੋਈ ਇੰਸ਼ੋਰੈਂਸ ਹੈ ਜਿਹਦੇ ਕੋਲ ਇੰਸ਼ੋਰੈਂਸ ਹੈ ਉਹਨੂੰ ਕਹਿੰਦੇ ਨੇ ਸਾਡੇ ਕੋਲ ਕਮਰਾ ਹੈ ਨਹੀਂਗਾ ਕਿਉਂ ਇਸ ਕਰਕੇ ਕਿ ਇੱਕ ਤਾਂ ਉਹਦੇ ਹਸਪਤਾਲਾਂ ਨੂੰ ਰੇਟ ਘੱਟ ਮਿਲਦੇ ਨੇ ਦੂਜਾ ਉਹਦੀ ਪੇਮੈਂਟ ਜਿਹੜੀ ਹੈ ਉਹ 2 3 4 ਮਹੀਨੇ ਬਾਅਦ ਮਿਲਦੀ ਹੈ ਐਸ ਵੇਲੇ ਪ੍ਰਾਈਵੇਟ ਹਸਪਤਾਲ ਜਿਹੜੇ ਨੇ ਉਹ ਜਿਹੜਾ ਨੁਕਸਾਨ ਕਰਦੇ ਪਏ ਨੇ ਬਲਬੀਰ ਸਿੱਧੂ ਜੀ ਨੂੰ ਉਸ ਪਾਸੇ ਧਿਆਨ ਦੇਣਾ ਚਾਹੀਦਾ ਚਾਹੇ ਤਾਂ ਬਲਾਕ ਇਹਨਾਂ ਦੀ ਐਸੋਸੀਏਸ਼ਨ ਨਾਲ ਮੀਟਿੰਗ ਕਰਨ ਜਾਂ ਉਹਦੇ ਵਿੱਚ ਕੋਈ ਰਿਜ਼ਰਵੇਸ਼ਨ ਰੱਖ ਲੈਣ ਕਿ ਤੁਸੀਂ 10% 15% 20% ਜਿੰਨਾ ਵੀ ਰੱਖਣਾ ਉਹਦੇ ਤੁਸੀਂ ਇਹ ਜਿਹੜੇ ਗਰੀਬ ਜਿਹੜੇ ਆਯੂਸ਼ਮਾਨ ਕਾਰਡ ਨੇ ਜਾਂ ਸਰਬਤ ਸਿਹਤ ਸੇਵਾ ਯੋਜਨਾ ਹੈ ਇਹਦੇ ਮਰੀਜ਼ਾਂ ਨੂੰ ਤੁਹਾਨੂੰ 10% 20% ਦਾਖਲ ਕਰਨਾ ਹੀ ਪਵੇਗਾ ਜੇ ਇਧਰ ਧਿਆਨ ਨਹੀਂ ਕੀਤਾ ਜਿੰਨੇ ਮਰਜ਼ੀ ਤੁਸੀਂ ਯੋਜਨਾਵਾਂ ਬਣਾਈ ਜਾਓ ਫੈਸਿਲਿਟੀਆਂ ਦੇਈ ਜਾਓ ਜੇ ਉਹ ਲੋਕ ਜਿਹੜੇ ਨੇ ਉਹਨਾਂ ਨੂੰ ਉਹਦਾ ਲਾਭ ਮਿਲਣਾ ਹੀ ਨਹੀਂ ਤੇ ਫਿਰ ਇਹ ਯੋਜਨਾਵਾਂ ਬਣਾਉਣ ਦਾ ਇਹ ਫੈਸਲੇ ਬਣਾਉਣ ਦਾ ਕੋਈ ਫਾਇਦਾ ਨਹੀਂ ਹੋਣਾ ਰੀ ਮਾ ਜੀ ਜੀ ਬਿਲਕੁਲ ਜੀ ਸਰਕਾਰ ਨੇ ਇੱਕ ਹੋਰ ਕਵਾਇਦ ਕੀਤੀ ਹੈ ਫਾਈਜ਼ਰ ਦੇ ਨਾਲ ਜਿਹੜੀ ਗੱਲ ਹੋਈ ਹੈ ਹੁਣ ਫਾਈਜ਼ਰ ਦੀਆਂ ਸ਼ਰਤਾਂ ਮੰਨਣ ਨੂੰ ਕੇਂਦਰ ਸਰਕਾਰ ਤਿਆਰ ਹੋ ਗਈ ਹੈ ਤੇ ਨੇਰਲੇ ਭਵਿੱਖ ਦੇ ਵਿੱਚ 5 ਕਰੋੜ ਟੀਕੇ ਹੋਰ ਉਪਲਬਧ ਹੋ ਸਕਦੇ ਨੇ ਭਾਰਤ ਨੂੰ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਅਰੇ ਮਾ ਜੀ ਇਹ ਜਿਹੜੀ ਸ਼ਰਤ ਫਾਈਜ਼ਰ ਦੀ ਹੁਣ ਮੰਨੀ ਹੈ ਨਾ ਸਰਕਾਰ ਨੇ ਇਨੂੰ ਪਹਿਲੇ ਦਿਨ ਤੋਂ ਮੰਨ ਲੈਣਾ ਚਾਹੀਦਾ ਸੀਗਾ ਸਰਕਾਰ ਨੇ ਹੁਣ ਮੰਨੀ ਹੈ ਇੱਕ achhi gall hai ਕਿਉਂਕਿ ਇੱਕ ਨਾ ਪੁਰਾਣਾ ਇੱਕ ਕਹਾਵਤ ਹੈ ਕਿ ਅੱਗ ਲੱਗੀ ਹੋਵੇ ਤੇ ਮਸ਼ਕਾਂ ਦਾ ਪਾਣੀ ਪੁੱਛੀਦਾ ਘਰ 'ਚ ਅੱਗ ਲੱਗੀ ਹੋਵੇ ਤੇ ਅਸੀਂ ਦੇਖੀਏ ਕਿ ਪਾਣੀ ਕਿਤੋਂ ਸਸਤਾ ਮਿਲੇਗਾ ਲਿਆ ਕੇ ਅੱਗ ਬੁਝਾਵਾਂਗੇ ਉਹ ਮਾੜੀ ਗੱਲ ਹੁੰਦੀ ਹੈ ਇਸ ਵੇਲੇ ਫਾਈਜ਼ਰ ਕੀ ਚਾਹਦੀ ਹੈ ਫਾਈਜ਼ਰ ਇਹ ਚਾਹਦੀ ਹੈ ਕਿ ਜੇ ਕਿਸੇ ਪ੍ਰਮਾਤਮਾ ਨਾ ਕਰੇ ਟੀਕਾ ਲੱਗਣ ਨਾਲ ਕਿਸੇ ਨੂੰ ਕੋਈ ਨੁਕਸਾਨ ਹੋ ਜਾਂਦਾ ਹੈ ਕਿਸੇ ਦੀ ਕੋਈ ਮੌਤ ਹੋ ਜਾਂਦੀ ਹੈ ਤੇ ਉਹਦੀ ਜਿਹੜੀ ਪਰਪਾਈ ਹੈ ਉਹ ਫਾਈਜ਼ਰ ਨਹੀਂ ਭਰੇਗੀ ਬਲਕਿ ਸਰਕਾਰ ਭਰੇਗੀ ਬਹੁਤ ਸਾਰੇ ਦੇਸ਼ਾਂ ਨੇ ਪਹਿਲਾਂ ਇਹ ਕੀਤਾ ਹੋਇਆ ਹੈ ਕਿਉਂਕਿ ਲੋਕ ਬਾਅਦ ਚ ਕਲੇਮ ਕਰਦੇ ਨੇ ਕਿ ਟੀਕਾ ਠੀਕ ਨਹੀਂ ਸੀ ਇਸ ਕਰਕੇ ਹੋ ਗਿਆ ਹੁਣ ਜਿੱਥੋਂ ਤੱਕ ਰਿਜ਼ਲਟ ਦੀ ਗੱਲ ਹੈ ਵੈਕਸੀਨ ਦੇ ਰਿਜ਼ਲਟ ਠੀਕ ਆ ਰਹੇ ਨੇ 80 ਤੋਂ ਲੈ ਕੇ 90% ਤੱਕ ਲੋਕਾਂ ਨੂੰ ਫਾਇਦਾ ਹੋ ਰਿਹਾ ਪਰ ਫਿਰ ਵੀ ਬਹੁਤ ਸਾਰੇ ਲੋਕਾਂ ਨੂੰ ਕਈ ਵਾਰੀ ਸਾਈਡ ਇਫੈਕਟ ਹੋ ਜਾਂਦੇ ਨੇ ਜੇ ਕਿਸੇ ਨੂੰ ਕੋਈ ਨੁਕਸਾਨ ਹੋ ਜਾਂਦਾ ਤੇ ਉਹਦੀ ਪਰਪਾਈ ਜਿਹੜੀ ਹੈ ਫਾਈਜ਼ਰ ਕੰਪਨੀ ਕਹਿੰਦੀ ਸੀ ਕਿ ਅਸੀਂ ਨਹੀਂ ਕਰਾਂਗੇ ਸਰਕਾਰ ਕਰੇਗੀ ਇਹ ਗੱਲ ਜੇ ਪਹਿਲਾਂ ਮੰਨੀ ਹੁੰਦੀ ਤੇ ਸ਼ਾਇਦ ਇਹ ਵੈਕਸੀਨ ਕੁਝ ਦਿਨ ਪਹਿਲਾਂ ਆ ਜਾਂਦੀ ਔਰ ਜਿਹੜਾ ਇਸ ਵੇਲੇ ਤੰਗੀ ਆ ਰਹੀ ਏ ਜਿੱਥੇ ਦੇਖੋ ਇਸ ਵੇਲੇ ਵੈਕਸੀਨ ਮਿਲਦੀ ਨਹੀਂ ਪਈ ਕੈਂਪ ਲੱਗਦੇ ਨੇ 100 ਡੋਜ਼ ਹੈ ਜੀ 500 ਬੰਦਾ ਆ ਜਾਂਦਾ ਔਰ 400 ਬੰਦਾ ਵਾਪਸ ਜਾਂਦਾ ਠੱਕੇ ਖਾਂਦਾ ਅਗਲੇ ਦਿਨ ਦੂਜੀ ਥਾਂ ਤੇ ਜਾਂਦਾ ਹੈ ਵੈਕਸੀਨ ਨੂੰ ਲਿਆਣਾ ਪਏਗਾ ਮਹਿੰਗੀ ਸਸਤੀ ਨੂੰ ਇਸ ਵੇਲੇ ਕੋਈ ਨਹੀਂ ਦੇਖਦਾ ਪਿਆ ਜੀ ਜੀ ਜਦੋਂ ਪ੍ਰਾਈਵੇਟ ਹਸਪਤਾਲਾਂ ਚ ਲੱਗ ਰਹੀ ਸੀ ਲੋਕ 250 ਰੁਪਏ ਦੇ ਕੇ ਵੀ ਲਵਾਂਦੇ ਸੀ ਹੁਣ ਲੋਕ 500 ਵੀ ਦੇ ਕੇ ਲਵਾਣ ਲਈ ਤਿਆਰ ਨੇ ਪਰ ਮਿਲਦੀ ਨਹੀਂ ਪਈ ਪ੍ਰਾਈਵੇਟ ਹਸਪਤਾਲਾਂ ਤੁਸੀਂ ਬੰਦ ਕਰਤੀ ਐ ਸੋ ਏਦਾਂ ਦੀਆਂ ਸ਼ਰਤਾਂ ਜਿਹੜਾ ਅਮੀਰ ਆਦਮੀ ਐ ਉਹ ਮਹਿੰਗੀ ਲੈ ਕੇ ਲਵਾ ਲਵੇ ਗਰੀਬ ਆਦਮੀ ਨੂੰ ਤੁਸੀਂ ਮੁਫਤ ਲਾਓ ਦੋਨੋਂ ਪਾਸੇ ਕੰਮ ਚਲਾਓ ਵੱਧ ਤੋਂ ਵੱਧ ਜਿਹੜੀਆਂ ਵੈਕਸੀਨ ਕੰਪਨੀਆਂ ਨੇ ਉਹਨਾਂ ਨੂੰ ਜਿਹੜੀਆਂ ਭਰੋਸੇਮੰਦ ਨੇ ਉਹਨਾਂ ਨੂੰ ਇੱਥੇ ਹਿੰਦੁਸਤਾਨ ਚ ਆ ਕੇ ਵੈਕਸੀਨ ਜਿਹੜੀ ਐ ਲੋਕਾਂ ਨੂੰ ਪ੍ਰਾਈਵੇਟ ਵੀ ਵੇਚਣ ਦਿਓ ਸਰਕਾਰਾਂ ਜਿਹੜੀਆਂ ਲੈਣ ਜਾਂਦੀਆਂ ਨੇ ਸੂਬਾ ਸਰਕਾਰਾਂ ਉਹਨਾਂ ਨੂੰ ਵੀ ਲੈਣ ਦਿਓ ਤੋ ਕਿਉਂਕਿ ਵੈਕਸੀਨ ਤੋਂ ਬਗੈਰ ਕੋਈ ਹੋਰ ਬਚਾ ਨਹੀਂ ਵੈਕਸੀਨ ਲੱਗੇਗੀ ਤੇ ਲੋਕ ਬਚਣਗੇ ਵੈਕਸੀਨ ਲੱਗੇਗੀ ਤੇ ਹਿੰਦੁਸਤਾਨ ਬਚੇਗਾ ਰੀਮਾ ਜੀ ਬਿਲਕੁਲ ਜੀ ਅਗਲੀ ਖਬਰ ਇਹ ਹੈ ਪੀ ਐਨ ਬੀ ਕੋਟਾਲਾ ਕੇਸ ਦੇ ਵਿੱਚ ਪਗੋੜਾ ਹੀਰਾ ਕਾਰੋਬਾਰੀ ਮਹਿਲ ਚੌਕ ਸੀ ਐਂਟੀਗੁਆ ਤੋਂ ਲਾਪਤਾ ਹੋ ਗਿਆ ਹੈ ਕਾਰਨ ਕੀ ਮੰਦੇਯਦਾ ਔਰ ਇਹਦਾ ਕੀ ਨਤੀਜਾ ਨਿਕਲੇਗਾ ਗੱਲ ਹੈ ਜੀ ਇਹ ਪੀ ਐਨ ਬੀ ਜਿਹੜਾ ਪੰਜਾਬ ਨੈਸ਼ਨਲ ਬੈਂਕ ਦਾ ਘੁਟਾਲਾ 13500 ਕਰੋੜ ਰੁਪਏ ਦਾ ਇੱਕ ਘੁਟਾਲੇ ਦਾ ਇਲਜ਼ਾਮ ਹੈ ਚੌਕਸੀ ਦੇ ਉੱਤੇ ਔਰ ਉਹ ਪਹਿਲੇ ਦਿਨ ਤੋਂ ਦੌੜ ਕੇ ਇੱਕ ਛੋਟਾ ਜਿਹਾ ਦੇਸ਼ ਹੈ ਟਾਪੂ ਐਂਟੀਗਵਾ ਜਿੱਥੇ ਬੈਠਾ ਹੋਇਆ ਉਹ ਐਵੇਂ ਸਰਕਾਰ ਦੀ ਮਰਜ਼ੀ ਤੋਂ ਨਹੀਂ ਬੈਠਾ ਹੋਇਆ ਉੱਥੋਂ ਦੀ ਸਰਕਾਰ ਦੀ ਮਰਜ਼ੀ ਤੋਂ ਬਿਨਾ ਨਹੀਂ ਬੈਠਾ ਹੋਇਆ ਰੀਮਾ ਜੀ ਔਰ ਅੱਜ ਕਿਉਂਕਿ ਹਾਲਾਤ ਉਨੇ ਪਹੁੰਚ ਗਏ ਨੇ ਕਿ ਬਹੁਤ ਛੇਤੀ ਹੁਣ ਹਿੰਦੁਸਤਾਨ ਦੀ ਸਰਕਾਰ ਨੇ ਉਹਨੂੰ ਹਿੰਦੁਸਤਾਨ ਜੇ ਲਿਆਉਣ ਦਾ ਫੈਸਲਾ ਕਰ ਲਿਆ ਔਰ ਬਹੁਤ ਨੇੜੇ ਸਰਕਾਰ ਪਹੁੰਚ ਗਈ ਸੀ ਉਹਦਾ ਜਿਹੜਾ ਪ੍ਰਤੀਯਾਰਪਣ ਸੀਗਾ ਉਹਦੀ ਤਿਆਰੀ ਹੋ ਚੁੱਕੀ ਸੀ ਇਸ ਕਰਕੇ ਉਹਨੂੰ ਉੱਥੋਂ ਗਾਇਬ ਹੋ ਗਿਆ ਉਹ ਗਾਇਬ ਕੋਈ ਆਪਣੀ ਮਰਜ਼ੀ ਨਾਲ ਨਹੀਂ ਹੋ ਗਿਆ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਉਹ ਸਾਜ਼ਿਸ਼ ਨੂੰ ਬੇਨਕਾਬ ਕਰਨਾ ਪਏਗਾ ਸਰਕਾਰ ਨੂੰ ਔਰ ਸਰਕਾਰ ਨੂੰ ਪੂਰੀ ਤਰ੍ਹਾਂ ਨਾਲ ਇਸ ਪਾਸੇ ਧਿਆਨ ਦੇ ਕੇ ਜਿਵੇਂ ਮਰਜ਼ੀ ਉਹਨੂੰ ਲਿਆਣਾ ਪਏਗਾ ਨਹੀਂ ਤਾਂ ਇਹ 13500 ਕਰੋੜ ਰੁਪਏ ਦੇ ਘਟਾਲੇ ਤੋਂ ਪਰਦਾ ਨਹੀਂ ਉੱਠੇਗਾ ਬਿਲਕੁਲ ਜੀ ਖਬਰਾਂ ਹੋਰ ਵੀ ਨੇ ਪਰ ਸਾਨੂੰ ਸਮੀਖਿਆ ਨੂੰ ਇੱਥੇ ਸਮੇਟਣਾ ਪਏਗਾ ਵਰਿੰਦਰ ਜੀ ਸਾਡੇ ਸਟੂਡੀਓ ਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਦਰਸ਼ਕਾਂ ਦਾ ਵੀ ਧੰਨਵਾਦ